ਤੁਸੀਂ ਠੀਕ ਹੋ? ਹਾਂਜੀ ਮੈਂ ਠੀਕ ਹਾਂ। ਤੁਸੀਂ ਕੁਆਸ਼ ਤਾਂ ਨਹੀਂ ਗਏ ਅਨਾਨਮੀ ਦੀ ਕਲਾਸ ਤੋਂ ਉਸ ਤਰਫ ਆ? ਨਹੀਂ ਮੈਂ ਆਪਣੀ ਨਾ ਫਰੈਂਡ ਨੂੰ ਵੇਖ ਰਹੀ ਸੀ, ਉਹਨੂੰ ਕਲਾਸ ਦਾ ਨਹੀਂ ਪਤਾ। ਓਕੇ ਚਲੋ ਆ ਲਓ ਆਪਦੀ ਬੁੱਕ। ਥੈਂਕ ਯੂ ਬਾਏ। ਹੈਲੋ। ਨਹੀਂ ਨਹੀਂ ਅੰਕਲ, ਅੰਕਲ ਮੇਰੇ ਕੋਲ ਪੈਸੇ ਹੈਗੇ ਹੈ, ਮੇਰੇ ਕੋਲ ਹੈਗੇ, ਮੈਂ ਸਿਰਫ ਤੁਹਾਨੂੰ ਦੇਣਾ ਭੁੱਲ ਗਈ ਸੀ। ਪਲੀਜ਼ ਅੰਕਲ ਮੈਨੂੰ ਤੁਸੀਂ ਮੈਨੂੰ ਸਿਰਫ 3 ਘੰਟੇ ਦਾ ਟਾਈਮ ਦਿਓ, ਮੈਂ ਤੁਹਾਨੂੰ ਪੈਸੇ ਹੁਣੇ ਦੇ ਦਾਂਗੀ। ਪਲੀਜ਼ ਅੰਕਲ, ਨਹੀਂ ਪਲੀਜ਼ ਮੈਨੂੰ ਕੱਢਿਓ ਨਾ ਅੰਕਲ, ਪਲੀਜ਼ ਪਲੀਜ਼। ਤੁਸੀਂ ਠੀਕ ਹੋ? ਹਾਂਜੀ ਮੈਂ ਠੀਕ ਹਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਜਸਮੀਤ ਆ ਅਤੇ ਸੋਚ ਮੈਂਟਲ ਹੈਲਥ ਵੱਲੋਂ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਪਰਿਵਾਰ ਨੂੰ ਯਾਦ ਕਰਦੇ ਹਾਂ, ਇਕੱਲਾਪਨ ਮਹਿਸੂਸ ਕਰਦੇ ਹਾਂ? ਕੀ ਤੁਹਾਨੂੰ ਲੱਗਦਾ ਆ ਕਿ ਨਵੇਂ ਦੇਸ਼ ਦੇ ਵਿੱਚ ਐਡਜਸਟ ਕਰਨਾ ਔਖਾ ਆ? ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਆ ਜੋ ਇਸ ਐਕਸਪੀਰੀਅੰਸ ਰਾਹੀਂ ਗੁਜ਼ਰਦੇ ਆ, ਪਰ ਜੇ ਤੁਸੀਂ ਆਪਣੀ ਦਿਲ ਦੀ ਗੱਲ ਅੰਦਰ ਦਬਾ ਕੇ ਰੱਖਦੇ ਹਾਂ, ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਤੁਸੀਂ ਸਟਰਗਲ ਕਰਦੇ ਹਾਂ, ਇਹਨੂੰ ਤੁਹਾਡੀ ਮਦਦ ਕਿੱਦਾਂ ਕਰੋਗੇ? ਜਦ ਸਾਨੂੰ ਕੋਈ ਸਰੀਰਕ ਰੋਗ ਹੁੰਦਾ ਆ, ਉਹ ਲੋਕਾਂ ਨੂੰ ਦਿਸ ਪੈਂਦਾ ਆ ਅਤੇ ਉਹ ਸਾਡੀ ਸਪੋਰਟ ਕਰ ਸਕਦੇ ਆ, ਪਰ ਜਦ ਅਸੀਂ ਆਪਣੀ ਮਾਨਸਿਕ ਸਿਹਤ ਦੇ ਨਾਲ ਸਟਰਗਲ ਕਰਦੇ ਹਾਂ, ਜਦ ਤੱਕ ਅਸੀਂ ਕਿਸੇ ਦੇ ਨਾਲ ਆਪਣੇ ਫੀਲਿੰਗਸ, ਆਪਣੇ ਇਮੋਸ਼ਨ ਸਾਂਝਾ ਨਹੀਂ ਕਰਦੇ, ਉਹਨਾਂ ਨੂੰ ਸਾਡੀ ਸਥਿਤੀ ਨਹੀਂ ਪਤਾ ਲੱਗਦੀ। ਜੇ ਤੁਹਾਨੂੰ ਸਪੋਰਟ ਦੀ ਲੋੜ ਹੈਗੀ ਆ, ਤੁਸੀਂ ਆਪਣੇ ਫੈਮਿਲੀ ਡਾਕਟਰ ਦੇ ਨਾਲ ਗੱਲ ਕਰੋ, ਕੈਂਪਸ ਕਲੀਨਿਕ 'ਤੇ ਜਾਓ, ਸਟੂਡੈਂਟ ਐਸੋਸੀਏਸ਼ਨਸ ਜੁਆਇਨ ਕਰੋ, ਜਾਂ ਆਪਣੀ ਖੁਦ ਦੀ ਕੋਈ ਕਮਿਊਨਿਟੀ ਬਣਾਓ ਜਿੱਥੇ ਤੁਸੀਂ ਕੰਫਰਟੇਬਲ ਫੀਲ ਕਰਦੇ ਹਾਂ ਆਪਣੀ ਦਿਲ ਦੀ ਗੱਲ ਕਰਨ ਦੇ ਨਾਲ। ਹੋਰ ਜਾਣਕਾਰੀ ਲਈ ਤੁਸੀਂ ਸੋਚ mentalhealth.com 'ਤੇ ਜਾਓ, ਅਸੀਂ ਉੱਥੇ ਤੁਹਾਡੇ ਲਈ ਬਹੁਤ ਰਿਸੋਰਸਿਸ ਪਾਏ ਹੋਏ ਆ।